ਜਿੱਦਾਂ ਮੱਕੀ 'ਤੇ ਹੋ ਜਾਂਦੀ ਹੈ, ਗੰਨੇ 'ਤੇ ਹੋ ਜਾਂਦੀ ਆ, ਅਤੇ ਜਿੱਦਾਂ ਕਣਕ, ਝੋਨਾ ਸਾਰਿਆਂ 'ਤੇ ਕਰ ਸਕਦੇ ਹਾਂ। ਹੁਣ ਸਰਦੀਆਂ ਦੇ ਵਿੱਚ ਜਿੱਦਾਂ ਆਲੂ ਲੱਗਣੇ ਸਟਾਰਟ ਹੋ ਜਾਣਗੇ, ਆਲੂਆਂ ਦੇ ਵਿੱਚ ਇੱਦਾਂ ਹੁੰਦਾ ਕਿ ਠੰਡ ਬਹੁਤ ਜ਼ਿਆਦਾ ਪੈਂਦੀ ਹੈ ਅਤੇ ਆਪਾਂ ਨੂੰ ਸਪਰੇਅ ਕਰਨੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ, ਅਤੇ ਉਹਦੇ ਲਈ ਵੀ ਇਹ ਬਹੁਤ ਵਧੀਆ ਸਾਬਿਤ ਹੋਏਗਾ। ਐਕਚੁਲੀ ਮੈਂ ਆਪਣੇ ਖੇਤਾਂ ਦੇ ਵਿੱਚ 5 ਏਕੜ ਦੇ ਵਿੱਚ ਵੈਜੀਟੇਬਲਸ ਦਾ ਕੰਮ ਕਰਦੀ ਹਾਂ, ਅਤੇ ਮੈਂ ਇੱਕ ਲਿਮਿਟਡ ਕੰਪਨੀ ਚਲਾਉਂਦੀ ਹਾਂ ਜਿਸ ਦੀ ਮੈਂ ਚੇਅਰਪਰਸਨ ਹਾਂ। ਐਗਰੀਕਲਚਰ ਨਾਲ ਰਿਲੇਟਡ ਹੋਣ ਦੇ ਨਾਤੇ ਅਤੇ ਮੈਨੂੰ ਇਸ ਸਕੀਮ ਬਾਰੇ ਪਤਾ ਲੱਗਿਆ। ਇੱਕ ਮਿਸਾਲ ਕਾਇਮ ਕੀਤੀ ਹੈ ਲੁਧਿਆਣਾ ਦੇ ਪਿੰਡ ਬਡੂੰਦੀ ਦੀ ਮਨਦੀਪ ਕੌਰ ਨੇ, ਔਰ ਤਸਵੀਰਾਂ ਸਭ ਤੋਂ ਪਹਿਲਾਂ ਦਿਖਾਵਾਂਗੇ ਕਿ ਇਹ ਡਰੋਨ ਹੈ ਜਿਸ ਦੇ ਨਾਲ ਸਪਰੇਅ ਕੀਤੀ ਜਾਂਦੀ ਆ। ਔਰ ਇਹ ਮਨਦੀਪ ਕੌਰ ਜਿਹੜੇ ਨੇ ਉਹ ਪਹਿਲੇ ਡਰੋਨ ਪਾਇਲਟ ਬਣੇ ਨੇ, ਗੱਲਬਾਤ ਵੀ ਕਰਾਂਗੇ ਸਾਡੇ ਨਾਲ ਨੇ। ਮੈਡਮ, ਸਭ ਤੋਂ ਪਹਿਲੇ ਡਰੋਨ ਪਾਇਲਟ ਬਣੇ ਹੋ ਤੁਸੀਂ, ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਸਸ਼ਕਤੀਕਰਨ ਯੋਜਨਾ ਦੇ ਵਿੱਚ ਤੁਸੀਂ ਹਿੱਸਾ ਲਿਆ, ਅਤੇ ਕਿਵੇਂ ਮਤਲਬ ਮਨ ਦੇ ਵਿੱਚ ਵਿਚਾਰ ਹੈ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮਨਦੀਪ ਕੌਰ ਹੈ। ਐਕਚੁਲੀ ਮੈਂ ਆਪਣੇ ਖੇਤਾਂ ਦੇ ਵਿੱਚ 5 ਏਕੜ ਦੇ ਵਿੱਚ ਵੈਜੀਟੇਬਲਸ ਦਾ ਕੰਮ ਕਰਦੀ ਹਾਂ, ਅਤੇ ਮੈਂ ਇੱਕ ਲਿਮਿਟਡ ਕੰਪਨੀ ਚਲਾਉਂਦੀ ਹਾਂ ਜਿਸ ਦੀ ਮੈਂ ਚੇਅਰਪਰਸਨ ਹਾਂ। ਐਗਰੀਕਲਚਰ ਨਾਲ ਰਿਲੇਟਡ ਹੋਣ ਦੇ ਨਾਤੇ ਅਤੇ ਮੈਨੂੰ ਇਸ ਸਕੀਮ ਬਾਰੇ ਪਤਾ ਲੱਗਿਆ ਕਿ ਪ੍ਰਧਾਨ ਮੰਤਰੀ ਜੀ ਜਿੱਦਾਂ ਨਮੋ ਡਰੋਨ ਦੀਦੀ ਆਈ ਸੀ, ਲੱਖਪਤੀ ਦੀਦੀ ਯੋਜਨਾ, ਉਹ ਮਹਿਲਾਵਾਂ ਨੂੰ ਸਸ਼ਕਤੀਕਰਨ ਕਰਨਾ ਚਾਹੁੰਦੇ ਸੀ ਜਿਸ ਦੇ ਨਾਲ ਉਹ ਆਪਣੀ ਇਨਕਮ ਨੂੰ ਇਨਕਰੀਜ਼ ਕਰ ਸਕਣ। ਅਤੇ ਮੈਮ, ਕਿੰਨੇ ਦਿਨਾਂ ਦੀ ਸਿਖਲਾਈ ਰਹੀ, ਕਿਸ ਤਰੀਕੇ ਦੇ ਨਾਲ ਇਹਨੂੰ ਤੁਸੀਂ ਮਤਲਬ ਅਪਡੇਟ ਕਰਦੇ ਹੋ? ਹਾਂਜੀ, ਜਿਹੜੀ ਮੇਰੀ ਸਿਖਲਾਈ ਸੀਗੀ ਇਹ 15 ਦਿਨ ਦੀ ਮਾਨੇਸਰ ਗੁਰੂਗ੍ਰਾਮ ਦੇ ਵਿੱਚ ਸੀਗੀ। ਇਹਦੇ ਵਿੱਚ 10 ਦਿਨ ਦੀ ਜਿਹੜੇ ਡਰੋਨ ਡੈਸਟੀਨੇਸ਼ਨ ਵਾਲੇ ਸੀ ਉਹਨਾਂ ਨੇ ਪਹਿਲਾਂ ਸਾਡੀਆਂ ਥਿਊਰੀ ਕਲਾਸਿਸ ਲਗਾਈਆਂ, ਫਿਰ ਸਾਨੂੰ ਗਰਾਊਂਡ ਦੇ ਵਿੱਚ ਜਾ ਕੇ ਡਰੋਨ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਇਆ ਕਿ ਕਿੱਦਾਂ ਤੁਸੀਂ ਇਹਨੂੰ ਉਡਾ ਸਕਦੇ ਹੋ, ਇਹਦਾ ਰੱਖ ਰਖਾਵ ਕਿੱਦਾਂ ਕਰ ਸਕਦੇ ਹੋ। ਅਤੇ ਜਿਹੜਾ ਸਾਨੂੰ ਡਰੋਨ ਪ੍ਰੋਵਾਈਡ ਕਰਵਾਇਆ ਜਾਣਾ ਸੀ ਇਫਕੋ ਵੱਲੋਂ, ਉਹ ਆਇਓਟਿਕ ਕੰਪਨੀ ਦਾ ਸੀ। ਫਿਰ 5 ਦਿਨ ਦੇ ਲਈ ਆਇਓਟਿਕ ਕੰਪਨੀ ਵਾਲਿਆਂ ਨੇ ਸਾਨੂੰ ਟ੍ਰੇਨਿੰਗ ਦਿੱਤੀ, ਇਹਦੇ ਬਾਰੇ ਸਾਰਾ ਕੁਝ ਦੱਸਿਆ ਕਿ ਕਿੱਦਾਂ ਤੁਸੀਂ ਇਹਨੂੰ ਖੇਤਾਂ ਦੇ ਵਿੱਚ ਜਾ ਕੇ ਫਲਾਈ ਕਰਨਾ ਹੈ। ਮੈਮ, ਹੋਰ ਕਿਹੜੇ ਕਿਹੜੇ ਸੂਬਿਆਂ ਤੋਂ ਕਿੰਨੀਆਂ ਕੁ ਹੋਰ ਮਹਿਲਾਵਾਂ ਸੀ, ਕਿਉਂਕਿ ਪੰਜਾਬ ਦੇ ਵਿੱਚ ਦੱਸਿਆ ਜਾ ਰਿਹਾ ਕਿ ਪਹਿਲੇ ਤੁਸੀਂ ਮਹਿਲਾ ਹੈਗੇ ਹੋ ਜਿਨ੍ਹਾਂ ਨੂੰ ਇਹ ਡਰੋਨ ਜਿਹੜਾ ਪਾਇਲਟ ਦਾ ਜਿਹੜਾ ਖਿਤਾਬ ਮਿਲਿਆ? ਹਾਂਜੀ, ਐਕਚੁਲੀ ਮੇਰੀ ਇੱਕ ਇੰਟਰਵਿਊ ਹੋਈ ਸੀ ਇਫਕੋ ਵਾਲਿਆਂ ਵੱਲੋਂ, ਉਹਦੇ ਵਿੱਚ ਮੈਨੂੰ ਸਿਲੈਕਟ ਕੀਤਾ ਗਿਆ ਸੀਗਾ, ਅਤੇ ਅਸੀਂ ਪੰਜਾਬ ਦੇ ਵਿੱਚੋਂ 5 ਲੇਡੀਜ਼ ਗਈਆਂ ਸੀ, ਬਾਕੀ ਅਸੀਂ ਉੱਥੇ 18 ਲੇਡੀਜ਼ ਦਾ ਸਾਡਾ ਗਰੁੱਪ ਸੀਗਾ ਜਿਹਦੇ ਵਿੱਚ ਵੱਖ ਵੱਖ ਸਟੇਟ ਤੋਂ ਲੇਡੀਜ਼ ਆਈਆਂ ਸੀ, ਜਿੱਦਾਂ ਕੋਈ ਉੱਤਰਾਖੰਡ ਤੋਂ ਆ ਰਿਹਾ ਸੀ, ਕੋਈ ਹਿਮਾਚਲ ਪ੍ਰਦੇਸ਼ ਤੋਂ ਆ ਰਿਹਾ ਸੀ, ਇਸੇ ਤਰ੍ਹਾਂ ਕਰਕੇ ਬਹੁਤ ਜਗ੍ਹਾ ਤੋਂ ਲੇਡੀਜ਼ ਆਈਆਂ ਹੋਈਆਂ ਸੀ। ਮੈਮ, ਹੁਣ ਗੱਲ ਕਰੀਏ ਖੇਤੀ ਦੀ, ਤਾਂ ਹੁਣ ਤੁਸੀਂ ਇਸ ਡਰੋਨ ਨੂੰ ਲਿਆਂਦਾ ਹੈ, ਕਿਵੇਂ ਇਸ ਨੂੰ ਅਪਡੇਟ ਕਰਦੇ ਹੋ, ਕਿਸ ਤਰੀਕੇ ਦੇ ਨਾਲ ਬਾਕੀ ਕਿਸਾਨ ਜਿਹੜੇ ਨੇ ਉਹ ਤੁਹਾਡੇ ਨਾਲ ਤਾਲਮੇਲ ਕਰ ਸਕਦੇ ਨੇ? ਹਾਂਜੀ ਬਿਲਕੁਲ ਜੀ, ਇਫਕੋ ਵਾਲਿਆਂ ਨੇ ਸਾਨੂੰ ਹਰ ਇੱਕ ਪ੍ਰਬੰਧ ਕਰਕੇ ਦਿੱਤਾ ਹੋਇਆ। ਪਹਿਲਾਂ ਤਾਂ ਉਹਨਾਂ ਨੇ ਸਾਨੂੰ ਫ੍ਰੀ ਆਫ ਕੋਸਟ ਹੈ ਜਿਹੜਾ ਇਹ ਡਰੋਨ ਪ੍ਰੋਵਾਈਡ ਕਰਵਾਇਆ, ਇਹਦੇ ਨਾਲ ਰਿਲੇਟਡ ਸਾਰੀ ਸਮੱਗਰੀ ਸਾਨੂੰ ਦਿੱਤੀ ਗਈ ਹੈ। ਅਤੇ ਫਿਰ ਸਾਡੇ ਸਟੇਟ ਅਫਸਰ ਨੇ ਮੋਹਨ ਸਰੂਪ ਜੀ, ਉਹ ਵੀ ਆ ਕੇ ਬਹੁਤ ਹੈਲਪ ਕਰਦੇ ਆ। ਟਾਈਮ ਟੂ ਟਾਈਮ ਅਸੀਂ ਕਿਸਾਨਾਂ ਦੇ ਨਾਲ ਮੀਟਿੰਗਸ ਕਰਦੇ ਹਾਂ, ਉਹਨਾਂ ਨੂੰ ਡਰੋਨ ਤੋਂ ਜਾਗਰੂਕ ਕਰਵਾਉਂਦੇ ਹਾਂ ਕਿ ਇਹ ਤੁਹਾਡੇ ਲਈ ਕਿੰਨਾ ਕਾਰਗਰ ਸਾਬਿਤ ਹੋਏਗਾ ਅਤੇ ਤੁਹਾਡੀ ਇਹਦੇ ਨਾਲ ਇਨਕਮ ਕਿੱਦਾਂ ਇਨਕਰੀਜ਼ ਹੋਏਗੀ, ਤੁਸੀਂ ਆਪਣੇ ਸਮੇਂ ਦੀ ਬੱਚਤ ਕਿੱਦਾਂ ਕਰ ਸਕੋਗੇ ਜੀ? ਮੈਮ, ਅਗਰ ਕਿਸਾਨਾਂ ਨੇ ਆਪਣੇ ਖੇਤਾਂ ਦੇ ਵਿੱਚ ਬੁਲਾਉਣਾ ਹੋਵੇ, ਕਿੰਨਾ ਕੁ ਸਮਾਂ ਲੈਂਦਾ ਔਰ ਕਿੰਨੀ ਕੁ ਬੱਚਤ ਕਰਦਾ, ਇਹ ਵੀ ਥੋੜ੍ਹਾ ਦੱਸੋਗੇ? ਹਾਂਜੀ ਬਿਲਕੁਲ ਜੀ, ਕੋਈ ਵੀ ਕਿਸਾਨ, ਸਾਡੀ ਇੱਕ ਐਪ ਬਣੀ ਹੋਈ ਆ ਕ੍ਰਿਸ਼ੀ ਨਾਂ ਨਾਲ ਰਿਲੇਟਡ ਹੈ, ਉਹਦੇ 'ਤੇ ਵੀ ਤੁਸੀਂ ਸਾਨੂੰ ਆਪਣੀ ਜਿਹੜੀ ਵੀ ਉਹ ਇੱਕ ਜੋਬ ਦੀ ਤਰ੍ਹਾਂ ਹੁੰਦੀ ਹੈ, ਤੁਸੀਂ ਸਾਨੂੰ ਉਹਦੇ ਨਾਲ ਵੀ ਕੰਟੈਕਟ ਕਰ ਸਕਦੇ ਹੋ, ਉਹਦੇ 'ਤੇ ਪਾ ਸਕਦੇ ਹੋ ਕਿ ਤੁਸੀਂ ਕਿੰਨੇ ਏਕੜ ਸਪਰੇਅ ਕਰਨੀ ਹੈ, ਕਰਵਾਉਣੀ ਹੈ, ਤੁਸੀਂ ਆਪਣਾ ਪਿੰਡ, ਆਪਣਾ ਮੋਬਾਈਲ ਨੰਬਰ, ਸਾਰਾ ਕੁਝ ਸਾਨੂੰ ਦੱਸੋਗੇ ਅਤੇ ਅਸੀਂ ਤੁਹਾਡੇ ਕੋਲ ਜ਼ਰੂਰ ਪਹੁੰਚਾਂਗੇ।
ਅਤੇ ਇਹ 7 ਮਿੰਟ ਦੇ ਵਿੱਚ 1 ਏਕੜ ਸਪਰੇਅ ਕਰੇਗਾ, 10 ਲੀਟਰ ਪਾਣੀ ਦੇ ਦੇਣਾ। 10 ਲੀਟਰ ਪਾਣੀ ਮੈਮ, ਆਮ ਤੌਰ 'ਤੇ ਜਿਵੇਂ ਸਬਜ਼ੀਆਂ 'ਤੇ ਸਪਰੇਅ ਹੁੰਦੀ ਆ ਔਰ ਖਾਦਾਂ ਵੀ ਪਾਈਆਂ ਜਾਂਦੀਆਂ ਨੇ, ਦੱਸੋਗੇ ਥੋੜ੍ਹਾ ਜਿਹਾ ਕਿਹੜੀ ਕਿਹੜੀ ਫਸਲਾਂ ਦੇ ਲਈ ਇਸ ਨੂੰ ਇਸਤੇਮਾਲ ਕੀਤਾ ਜਾ ਸਕਦਾ? ਦੇਖੋ ਜੀ, ਵੈਜੀਟੇਬਲਸ 'ਤੇ ਵੀ ਹੋ ਜਾਂਦੀ ਆ, ਬਾਹਲੀ ਜਿਹੜੀ ਛੋਟੀ ਫਸਲ ਹੁੰਦੀ ਆ ਉਹਦੇ 'ਤੇ ਤਾਂ ਆਪਾਂ ਨਹੀਂ ਕਰਦੇ ਗੇ, ਠੀਕ ਹੈ ਨਾ, ਕਿਉਂਕਿ ਉਹਦੀਆਂ ਜਿਹੜੀਆਂ ਰੂਟਸ ਹੁੰਦੀਆਂ ਨੇ ਉਹ ਇੰਨੀਆਂ ਨਹੀਂ ਹੁੰਦੀਆਂ ਗੀਆਂ, ਕਿਉਂਕਿ ਇਹ ਥਰਸਟ ਜਨਰੇਟ ਕਰਦਾ ਹੈ ਕਿ ਹਵਾ ਦਾ ਦਬਾਅ ਬਣੇਗਾ, ਠੀਕ ਹੈ ਨਾ। ਥੋੜ੍ਹੀ ਜਿਹੀ ਫਸਲ ਹੋਵੇ ਵੱਡੀ ਤਾਂ ਉਹਦੇ 'ਤੇ ਕਰਨਾ, ਜਿੱਦਾਂ ਮੱਕੀ 'ਤੇ ਹੋ ਜਾਂਦੀ ਆ, ਗੰਨੇ 'ਤੇ ਹੋ ਜਾਂਦੀ ਆ, ਅਤੇ ਜਿੱਦਾਂ ਕਣਕ ਝੋਨਾ ਸਾਰਿਆਂ 'ਤੇ ਕਰ ਸਕਦੇ ਹਾਂ। ਹੁਣ ਸਰਦੀਆਂ ਦੇ ਵਿੱਚ ਜਿੱਦਾਂ ਆਲੂ ਲੱਗਣੇ ਸਟਾਰਟ ਹੋ ਜਾਣਗੇ, ਆਲੂਆਂ ਦੇ ਵਿੱਚ ਇੱਦਾਂ ਹੁੰਦਾ ਕਿ ਠੰਡ ਬਹੁਤ ਜ਼ਿਆਦਾ ਪੈਂਦੀ ਹੈ ਅਤੇ ਆਪਾਂ ਨੂੰ ਸਪਰੇਅ ਕਰਨੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ, ਅਤੇ ਉਹਦੇ ਲਈ ਵੀ ਇਹ ਬਹੁਤ ਵਧੀਆ ਸਾਬਿਤ ਹੋਏਗਾ। ਮੈਮ, ਇੱਕ ਨਿੱਜੀ ਤੁਹਾਡੇ ਨਾਲ ਸਵਾਲ ਹੈ ਕਿ ਇੱਕ ਮਹਿਲਾ ਹੋਣ ਦੇ ਨਾਤੇ ਤੁਸੀਂ ਇੱਕ ਪੰਜਾਬ ਦੇ ਵਿੱਚੋਂ ਤੁਸੀਂ ਹਿੱਸਾ ਲਿਆ ਔਰ ਜਿਹੜਾ ਡਰੋਨ ਪਾਇਲਟ ਬਣੇ ਹੋ, ਪਰਿਵਾਰ ਦਾ ਕਿੱਦਾਂ ਦਾ ਸਹਿਯੋਗ ਰਿਹਾ ਔਰ ਕਿਵੇਂ ਦੇਖਦੇ ਹੋ ਕਿ ਪਿੰਡ ਦੇ ਵਿੱਚ ਵੀ ਤੁਸੀਂ ਹੋਰ ਵੀ ਮਹਿਲਾਵਾਂ ਤੁਹਾਡੇ ਨਾਲ ਨੇ ਉਹ ਵੀ ਜੁੜੀਆਂ? ਹਾਂਜੀ, ਐਕਚੁਲੀ ਜਿਹੜੀ ਮੈਂ ਲਿਮਿਟਡ ਆਪਣੀ ਕੰਪਨੀ ਚਲਾਉਂਦੀ ਹਾਂ, ਬੜੂੰਦੀ ਐਗਰੋ ਫਾਰਮਰ ਪ੍ਰੋਡਿਊਸਰ ਕੰਪਨੀ, ਉਹਦੇ ਵਿੱਚ ਅਸੀਂ 5 ਡਾਇਰੈਕਟਰ ਲੇਡੀਜ਼ ਹੀ ਹਾਂ, ਸਾਡੇ ਨਾਲ 300 ਪਲੱਸ ਕਿਸਾਨ ਜੁੜ ਚੁੱਕੇ ਆ, ਅਤੇ ਪਰਿਵਾਰ ਦਾ ਸਹਿਯੋਗ ਤਾਂ ਇੱਦਾਂ ਹੈ ਜੀ, ਉਹਨਾਂ ਦੇ ਸਹਿਯੋਗ ਤੋਂ ਬਿਨਾਂ ਤਾਂ ਆਪਾਂ ਅੱਗੇ ਆ ਹੀ ਨਹੀਂ ਸਕਦੇ ਗੇ। ਮੇਰੇ ਹਸਬੈਂਡ ਦਾ ਬਹੁਤ ਸਹਿਯੋਗ ਰਿਹਾ, ਕਿਉਂਕਿ ਜੇ ਉਹ ਇਸ ਫੀਲਡ ਦੇ ਵਿੱਚ ਸੀ ਤਾਂ ਹੀ ਮੈਂ ਇਹ ਫੀਲਡ ਜੁਆਇਨ ਕੀਤਾ। ਹੋਰ ਮਹਿਲਾਵਾਂ ਨੂੰ ਕੀ ਸੁਨੇਹਾ, ਕਿਉਂਕਿ ਤੁਸੀਂ ਖੁਦ ਮਹਿਲਾ ਹੋ ਕੇ ਅੱਗੇ ਵਧੇ ਹੋ, ਪੰਜਾਬ ਦਾ ਨਾਮ ਰੋਸ਼ਨ ਕੀਤਾ ਅਤੇ ਇੱਕ ਕਿਸਾਨਾਂ ਦੀ ਜਿਹੜੀ ਤੁਸੀਂ ਆਸ ਬਣ ਕੇ ਉੱਭਰੇ ਹੋ? ਹਾਂਜੀ ਬਿਲਕੁਲ, ਮੈਂ ਆਪਣੀਆਂ ਭੈਣਾਂ ਨੂੰ ਇਹੀ ਸੁਨੇਹਾ ਦੇਣਾ ਚਾਹੂੰਗੀ ਕਿ ਦੇਖੋ ਜੀ, ਘਰ ਦੇ ਵਿੱਚ ਤਾਂ ਆਪਾਂ ਕੰਮ ਆਪਾਂ ਕਰਦੇ ਹੀ ਰਹਿਣਾ, ਇਹ ਤਾਂ ਆਪਣੇ ਹੈਗਾ ਹੀ ਆ ਕਿ ਆਪਾਂ ਕਰਨਾ ਆ, ਪਰ ਜਦੋਂ ਆਪਾਂ ਬਾਹਰ ਨਿਕਲ ਕੇ ਇੱਕ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗੇ, ਉਹਦੇ ਨਾਲ ਇੱਕ ਤਾਂ ਆਪਾਂ ਖੁਦ 'ਤੇ ਵੀ ਪ੍ਰਾਊਡ ਫੀਲ ਕਰਾਂਗੇ, ਠੀਕ ਹੈ ਨਾ, ਕੁਛ ਨਵਾਂ ਸਿੱਖਣ ਨੂੰ ਮਿਲੇਗਾ, ਇੱਕ ਆਪਣੀ ਇਨਕਮ ਵੀ ਇਨਕਰੀਜ਼ ਹੋਏਗੀ। ਇਹ ਨਹੀਂ ਹੋਏਗਾ ਕਿ ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਕਮਾ ਰਿਹਾ ਅਤੇ 4 ਜਣੇ ਬੈਠ ਕੇ ਖਾ ਰਹੇ ਹਾਂ, ਦੇਖੋ ਇਸ ਚੀਜ਼ ਨੂੰ ਤਾਂ ਆਪਾਂ ਨੂੰ ਤੋੜ ਕੇ ਆਪਾਂ ਨੂੰ ਬਾਹਰ ਨਿਕਲਣਾ ਪਏਗਾ ਅਤੇ ਕੰਮ ਕਰਨਾ ਪਏਗਾ।